ਲੋ ਬਾਈ ਜੀ, ਪ੍ਰੋਗਰਾਮ ਸਾਰਾ ਹੀ ਵੜ ਗਿਆ। ਅੱਜ ਲਿਆ ਸੀ ਪਹਿਲੇ ਦਿਨ ਵਲੌਗ ਬਣਾਉਣ ਵਾਸਤੇ ਡਰੋਨ ਕੈਮਰਾ, ਤੇ ਬਾਈ ਜੀ ਪਹਿਲੇ ਸ਼ੋਟ ਤੁਹਾਡੇ ਭਰਾ ਨੇ ਚੱਕੇ ਆ ਤੇ ਪਾਣੀ ਦੇ ਵਿੱਚ ਡਿੱਗ ਕੇ ਹਲਾਲ ਹੋ ਗਿਆ। ਹੁਣ ਦਰਾਮੇ ਸਾਹਿਬ ਇਹਨੂੰ ਸੁਕਾਓ, ਤੁਹਾਡੀ ਮਿਹਰਬਾਨੀ। ਅੱਜ ਮੈਨੂੰ ਬਾਹਲਾ ਹੀ ਚਾਅ ਸੀਗਾ, ਸਾਰਾ ਹੀ ਤੁਸੀਂ ਨਾ ਬਾਈ ਪ੍ਰੋਗਰਾਮ ਵਾੜ ਕੇ ਰੱਖਤਾ। ਇਹਨੂੰ ਹੁਣ ਧੁੱਪੇ ਰੱਖ ਕੇ ਸੁਕਾ, ਮੇਰੇ ਨਸੀਬਾਂ 'ਚ ਹੋਇਆ ਤੇ ਚੱਲ ਪਊ ਬਾਈ ਜੀ, ਨਹੀਂ ਤਾਂ ਫਿਰ ਉਹੋ ਹੀ ਜਿਹੜਾ 3 ਸਾਲ ਪੁਰਾਣਾ ਨਿਜ਼ਾਮ ਆ। ਹਾਂਜੀ, ਆ ਜਾਓ ਬਾਈ ਜੀ, ਉੱਤੇ ਚੱਲੀਏ। ਉੱਤੇ ਦਾ ਮਤਲਬ ਬੱਦਲਾਂ ਦੇ ਵਿੱਚ ਲੈ ਕੇ ਚੱਲਾ ਤੁਹਾਡਾ ਫਰੂਟ ਮੰਡੀ ਵਾਲਾ ਬਾਈ। ਤੁਹਾਨੂੰ ਅੱਜ ਲੈ ਲਓ ਨਜ਼ਾਰਾ ਲੈਂਦੇ ਪੰਜਾਬ ਦੇ ਇੱਕ ਸੋਹਣੇ ਜੇ ਪਿੰਡ ਦਾ। ਤੁਹਾਡੇ ਵੀਰ ਨੇ ਨਵਾਂ ਡਰੋਨ ਲਿਆਂਤਾ, ਅੱਜ ਪਹਿਲੇ ਦਿਨ ਅੜਾਇਆ ਬਾਈ ਜੀ। ਅੜਾ ਤਾਂ ਲਿਆ, ਤੁਸੀਂ ਵੇਖ ਲਓ ਨਜ਼ਾਰੇ, ਮੁੜ ਕੇ ਲਾਹ ਨਹੀਂ ਹੋਇਆ। ਅਗਲੀ ਵੀਡੀਓ ਸਾਰੀ ਤੁਸੀਂ ਦੇਖੀਓ। ਇਹ ਵੀਰ ਹੁਣੀ ਆਏ ਆ ਬਾਈ ਜੀ, ਅੱਜ ਮੋਟਰ ਤੇ ਇਕੱਠੇ ਹੋਏ ਆ ਸਦੀਆਂ ਪਿੱਛੋਂ ਬਾਈ ਜੀ, ਕਿਤੇ ਟਾਈਮ ਨਿਕਲਿਆ। ਸਾਰੇ ਮਲਕ ਸਾਹਿਬ ਡਾਈ ਲਾ ਕੇ ਦਿਖਾਓ ਨਾ ਜ਼ਰਾ, ਇੰਜ ਔਂਤਰੀ ਜੀ ਡਾਈ, ਔਂਤਰੀ ਜਿਹੀ। ਹਾਂਜੀ, ਹੈਪੀ ਟੂ ਯੂ ਕਰਾ ਦਿਓ। ਬਾਹਰਲੇ ਮੁਲਕਾਂ ਦੇ ਵਿੱਚ ਬੈਠੀ ਆਵਾਮ ਵੇਖ ਰਹੀ ਆ, ਨੌਮੀ ਬਾਈ ਆ ਸਾਡੇ। ਨੌਮੀ ਬਾਈ, ਮਜ਼ਾ ਆ ਰਿਹਾ ਤੁਹਾਨੂੰ? ਮਜ਼ਾ ਬੜਾ ਆ ਰਿਹਾ। ਇਹ ਸਾਰੇ ਇੰਜੋਏ ਕਰ ਰਿਹਾ ਬਾਈ ਜੀ। ਉਦਣ ਬਾਪੂ ਜੀ ਹੁਣਾਂ ਦੇ ਨਾਲ ਜਿਸ ਪੂਲ ਤੇ ਆ ਕੇ ਮਾਹੌਲ ਬਣਾਇਆ ਸੀ, ਅੱਜ ਸਾਡੇ ਵਾਲੇ ਯਾਰ ਬੇਲੀ ਇਕੱਠੇ ਹੋ ਕੇ ਆਏ ਆ ਇੱਥੇ ਨਜ਼ਾਰਾ ਲੈਣ। ਛੋਟਾ ਬਾਈ ਅਦੀਲ, ਲੈ 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 ਬਾਈ ਜੀ। ਅਸੀਂ ਨਾ ਸਾਰਿਆਂ ਨੇ 2-3 ਘੰਟੇ ਪਹਿਲਾਂ ਨਹਾਤਾ, ਰੱਜ ਕੇ ਨਹਾਤਾ, ਅੰਬ ਖਾਧੇ, ਫਿਰ ਬਿਰਿਆਨੀ ਦੀਆਂ ਬਾਈ ਜੀ ਸੁੱਕੀਆਂ ਤਹਿਵਾਂ ਲਾਈਆਂ, ਕਿਉਂਕਿ ਸਾਡੇ ਕੋਲ ਦਹੀਂ ਨਹੀਂ ਹੈਗਾ ਸੀ, ਦਹੀਂ ਬਾਈ। ਉਸ ਤੋਂ ਬਾਅਦ ਦੁਬਾਰਾ ਜਾਣ ਲੱਗੇ, ਜਾਂਦੇ ਜਾਂਦੇ ਮੈਂ ਕਿਹਾ ਯਾਰ ਡਰੋਨ ਨਾਲ 1-2 ਸ਼ੋਟ ਬਣਾ ਲਈਏ, ਹੱਲੇ ਚਲਾਉਣਾ ਨਹੀਂ ਆਉਂਦਾ ਸੀਗਾ। ਅਤੇ ਉਹ ਬਾਈ ਜੀ ਬਦੋ ਬਦੀ ਵਾਲੇ ਹਿਸਾਬ ਨਾਲ 2-3 ਸ਼ੋਟ ਲਏ ਆ, ਵਾਪਸੀ ਲਾਉਣਾ ਨਹੀਂ ਆਇਆ ਬਾਈ। ਚੜ੍ਹਾ ਤਾਂ ਲਿਆ ਸੀਗਾ, ਲਾਉਂਦਿਆਂ ਸੁੱਟ ਲਿਆ ਪੂਲ ਦੇ ਵਿੱਚ। ਹੁਣ ਉਹ ਕੁਰਸੀ 'ਤੇ ਸੁੱਕਣੇ ਪਾਇਆ ਬਾਈ, ਡਰੋਨ ਆ ਪਿਆ, ਦੁਆ ਕਰੋ ਸੁੱਕ ਜਾਵੇ, ਸਹੀ ਹੋ ਜਾਵੇ। ਅੱਜ ਤਾਜ਼ਾ ਹੀ ਤਾਜ਼ਾ 3.5 ਲੱਖ ਰੁਪਇਆ ਭਰਿਆ ਸੀ ਇਹਦਾ, ਅਤੇ ਪਹਿਲੇ ਦਿਨ ਬਾਈ ਜੀ ਆ ਕੇ ਤੁਹਾਨੂੰ ਹੈਪੀ ਟੂ ਯੂ ਕਰਾਉਣ ਦੇ ਚੱਕਰ ਦੇ ਵਿੱਚ ਆਪ ਹੀ ਹੈਪੀ ਟੂ ਯੂ ਹੋ ਗਿਆ ਕੰਮ। ਲਓ ਬਾਈ ਜੀ, ਸਾਰੇ ਆਪਣੀ ਆਪਣੀ ਡਾਈ ਮਾਰ ਕੇ ਦਿਖਾਉਣਗੇ ਤੁਹਾਨੂੰ, ਤੁਸੀਂ ਦੱਸਣਾ ਆ ਕਿਹੜਾ ਬੰਦਾ ਜ਼ਿਆਦਾ ਕਾਰੀਗਰ ਆ ਡਾਈਆਂ ਮਾਰਨ 'ਚ। ਲਓ ਬਾਈ ਜੀ, ਅੱਜ ਯਾਰ ਬੇਲੀ ਇਕੱਠੇ ਹੋ ਕੇ ਆ ਕੇ ਮੋਟਰ 'ਤੇ ਲੈਣ ਦੇ ਆ ਪੰਗੇ ਇਹ। ਚਲੋ ਚਲੋ, 1-2 ਬਚਤ ਹੋ ਗਈ, ਥੱਲੇ ਵੱਜਾ ਜਾ ਕੇ ਮਲਕ। ਹੈਲੋ ਉਹ ਯਾਰ, 1-2-3 ਸਾਰੇ ਵਾਰੀ ਵਾਰੀ ਦੜਮ 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 ਮਾਰੋ ਛਾਲਾ। ਚਲੋ 1-2-3 ਗੋ। ਆ ਜਾਓ ਜੈਨ ਬਾਈ, ਆ ਜਾਓ ਨੌਮੀ ਬਾਈ। ਵਾਕਈ ਯਾਰ ਉਮਰ ਨੰਬਰ ਲੈ ਗਿਆ। ਖੈਰ ਉਹ ਆ ਗਏ ਪੱਖਰ ਵਾਲੇ ਯਾਰ ਸੋਹਣੇ। ਲਓ ਅਦੀਲ ਵੀ ਆ ਗਿਆ, ਐਸਨ ਬਾਈ ਵੀ ਆ ਗਏ। ਭਾਜੀ ਮੈਂ ਵੀ ਜਾਵਾਂ। ਛੋਟਾ ਬਾਈ ਬਾਈ ਜੀ ਮਾਰਨ ਲੱਗਾ ਆ ਚੁੱਭੀ, ਲੈ ਲੈ ਜਾ ਬਾਈ, 7 ਲੱਗਦੀ ਆ ਇੱਦਾਂ। ਬਾਈ ਜੀ ਅੱਜ ਮੋਟਰ 'ਤੇ ਨਹਾਉਣ ਆਏ ਸੀਗੇ, ਡਰੋਨ ਵੀ ਲਿਆ ਸੀਗਾ ਬਾਈ ਜੀ। ਮੈਂ ਕਿਹਾ ਚਲੋ ਡਰੋਨ ਦੇ ਨਾਲ ਸੋਹਣਾ ਸੋਹਣਾ ਬਾਈ ਵਲੌਗ ਬਣਾਇਆ ਕਰਾਂਗੇ। ਅੱਜ ਹੀ ਲਿਆ ਸੀ, ਤਾਜ਼ਾ ਤਾਜ਼ਾ ਹੀ ਮੰਗਾਇਆ ਸੀ ਬਾਈ। ਅੜਾਉਣਾ ਤਾਂ ਆ ਗਿਆ ਬਾਈ ਜੀ, ਲਾਉਣਾ ਨਹੀਂ ਆਇਆ, ਲਾਉਂਦਿਆਂ ਪੂਲ 'ਚ ਸੁੱਟ ਲਿਆ ਹੋਇਆ। ਆਹ ਬਰੀਕ ਜੀ ਟਾਹਣੀ ਦੇ ਵਿੱਚ ਇੱਥੇ ਵੱਜਿਆ ਅਤੇ ਉਹਦੇ ਪਰ ਬਾਈ ਜੀ ਬੰਦ ਹੋ ਗਏ, ਇੰਝ ਘੁਮੇਟੇ ਖਾਂਦਾ ਆਇਆ ਪੂਲ ਦੇ ਵਿੱਚ ਦੜਮ। ਉਹ ਪਿਆ ਬਾਈ,
ਸੁੱਕ ਗਿਆ ਐਸਨ ਬਾਈ ਉੱਥੇ ਰੱਖ ਲਿਆ ਤੁਸੀਂ ਉਹ ਮੈਨੂੰ ਖਰਾਬ ਬੈਟਰੀ ਸਮੇਤ ਰੱਖ ਲਿਆ ਮੈਂ ਤੁਹਾਡੀ ਵੀਡੀਓ ਬਣਾਉਣਾ ਉਸ ਤਰ੍ਹਾਂ ਮੋਬਾਈਲ ਚੱਕ ਲਓ ਉੱਥੇ ਰੱਖ ਲਿਆ ਉਹ ਨਾ ਜ਼ਰਾ ਵਾਹਨ 'ਚ ਚਲੋ ਇਹ ਬਾਈ ਜੀ ਉੱਥੇ ਹੁਣ ਸੁੱਕਣੇ ਰੱਖਦੇ ਹਾਂ ਦੁਆ ਕਰਿਓ ਠੀਕ ਹੋ ਜਾਵੇ ਸੁੱਕ ਕੇ ਚੱਲ ਪਵੇ ਹੈਲੋ ਬਾਈ ਜੀ ਉੱਥੋਂ ਹੈਲੋ ਇੰਜੋਏ ਹੋ ਰਿਹਾ ਬਾਈ ਇੰਜੋਏ ਕਰੋ ਤੁਸੀਂ ਵੀ ਸਾਰੇ ਵੀਰ ਨੁਕਸਾਨ ਜਿਹੜਾ ਹੋਣਾ ਸੀ ਉਹ ਹੋ ਗਿਆ ਉਹ ਸੁੱਕਣੇ ਪਾਇਆ ਡਰੋਨ ਬਾਈ ਜੀ ਅੱਜ ਹੀ ਲਿਆਂਤਾ ਸੀਗਾ ਬੜੇ ਚਾਅ ਚਾਅ ਨਾਲ ਉਡਾਇਆ ਬਾਈ ਜੀ ਬੜਾ ਸੋਹਣਾ ਉੱਡਿਆ ਉੱਤੇ ਜਾ ਕੇ ਬਾਈ ਜੀ ਉਹਦਾ ਦਿਮਾਗ ਖਰਾਬ ਹੋ ਗਿਆ ਵਾਪਸੀ ਲਾਉਂਦੇ ਆ ਬਾਈ ਜੀ ਇੱਥੇ ਫਸਾ ਲਿਆ ਇਹਦੇ ਵਿੱਚ ਮਾਰ ਕੇ ਤੇ ਇਹਦੇ ਵਿੱਚ ਸੁੱਟ ਲਿਆ ਉਹ ਡਿੱਗ ਪਿਆ ਹਾਜੀ ਡਿੱਗ ਪਿਆ ਹਾਜੀ ਪੈਰ ਨੂੰ ਮੋਚ ਮੂਚ ਤਾਂ ਨੀ ਆਈ ਹੈ ਜੁੱਤੀ ਸਿੱਧੀ ਕਰ ਲਾ ਬਾਈ ਜੁੱਤੀ ਕਿੱਥੇ ਚੜ ਗਈ ਆ ਜਾਓ ਚੱਕ ਲੋ ਹਾਜੀ ਸਾਹਿਬ ਨੇ ਪਹਿਲਾਂ ਬਾਈ ਲਰੈਬ ਨੂੰ ਧੱਕਾ ਦਿੱਤਾ ਆਪਣੀ ਵਾਰੀ ਆਈ ਤੇ ਸ਼ੂਟਰ ਹੋ ਗਏ ਉਹ ਜੁੱਤੀ ਚੱਲੋ ਜੁੱਤੀ ਚੱਕ ਕਰ ਕਿੱਥੇ ਚੜ ਗਈ ਉਹ ਗੋਤੇ ਦੇਣ ਲੱਗੇ ਬਾਈ ਹਮਲਾ ਬਾਈ ਡਰੋਨ ਤਾਂ ਡਿੱਗ ਪਿਆ ਮੋਬਾਈਲ ਸਣੇ ਜਾਈਏ ਫਿਰ ਆਪਾਂ ਵੀ ਵਿੱਚ ਮੈਂ ਸਣੇ ਮੋਬਾਈਲ ਦੇ ਵਿੱਚ ਆ ਸਕਦਾ ਯਾਰ ਛੁੱਟ ਵੀ ਸਕਦਾ ਹੱਥੋਂ ਹੱਥੋਂ ਛੁੱਟ ਕੇ ਡਿੱਗ ਸਕਦਾ ਨਿਕਲ ਜਾਊਗੀ
ਕੀ ਹੋ ਗਿਆ? ਅੱਗ ਨਿਕਲਣੀ ਇਹ ਜੁੱਤੀ ਰਹਿਣਾ ਬਸ ਜੀ, ਮੈਂ ਰਹਿ ਦੇ ਹੱਥ ਨਹੀਂ ਸੀ ਉਹ ਜੁੱਤੀ ਕਿਤੇ ਚੜ ਗਈ ਆ ਓਏ ਓਏ ਇਹਨੂੰ ਕੱਢੋ ਓਕੇ ਧੋਕੇ ਹੋ ਗਏ ਨਹੀਂ ਹਾਂਜੀ ਨਿਕਲ ਜਾਣੀ ਹੈ ਨਹੀਂ ਤਾਂ ਤੇਲ ਤੇਲ ਲਾ ਲਓ ਲੈ ਲਿਆ ਲੈ ਲਿਆ ਗਿੱਟਾ ਨਾ ਕੱਢ ਦੇਖੀ ਬਾਈ ਜੁੱਤੀ ਕੱਢਦਾ ਕੱਢਦਾ ਹਾਜੀ ਦਾ ਗਿੱਟਾ ਨਾ ਕੱਢਦੀ ਨੀ ਨਿਕਲਦੀ ਏਦਾਂ ਨੀ ਨਿਕਲਦੀ ਇਹ ਇੰਜੀ ਵੀ ਇੰਜ ਵੀ ਵੀਡੀਓ ਸਹੀ ਬਣਦੀ ਪਈ ਆ ਨਹੀਂ ਨਿਕਲਦੀ ਹੈਂ ਓਏ ਕੱਟੀਏ ਛੁਰੀ ਲਿਆਓ ਮੈਂ ਉਧਰਲੀ ਸਾਈਡ ਤੇ ਜਾ ਕੇ ਨਿਕਲਣਾ ਹੈ ਦਿਲ ਪਰਾ ਹੋ ਜਾ ਬੋਲ ਵੀ ਲਿਆ ਜੀ ਮੈਂ ਕਿਹਾ ਭੱਜਿਆ ਕਿਉਂ ਯਾਰ ਜ਼ਿਆਦਾਤਰ ਪਾਣੀ ਤੇ ਲਿਆ ਗਿੱਲਾ ਤਾਂ ਤੂੰ ਪਹਿਲੇ ਕਹਿੰਦਾ ਨਹੀਂ ਸ਼ੂਗਰ ਲਾਉਂਦੇ ਲਾਉਂਦੇ ਗੋਡਾ ਭੁਲਾ ਕਹਿ ਸਕਦਾ ਭੱਜ ਸਕਣਾ ਫਿਰ ਤਾਂ ਤੂੰ ਭੱਜ ਬਾਈ ਅਸੀਂ ਅੱਜ ਫੁੱਲ ਇੰਜੋਏ ਕੀਤਾ ਮੋਟਰ ਤੇ ਆਏ ਸੀਗੇ ਸਾਰੇ ਵੀਰ ਇਕੱਠੇ ਹੋ ਕੇ ਸੋਚਿਆ ਸੀਗਾ ਵੀ ਨਵਾਂ ਡਰੋਨ ਲਿਆ ਵਾ ਸੋਹਣੇ ਸੋਹਣੇ ਸ਼ੋਟ ਲਵਾਂਗੇ ਬੜੇ ਸੋਹਣੇ ਤਰੀਕੇ ਨਾਲ ਆਏ ਆ ਕੇ ਨਹਾਤਾ ਬਾਈ ਜੀ ਅੰਬ ਉਂਬ ਚੁੱਪੇ ਫਿਰ ਬਿਰਿਆਨੀ ਦੀਆਂ ਸੁੱਕੀਆਂ ਤਹਿਵਾਂ ਲਾਈਆਂ ਉਸ ਤੋਂ ਬਾਅਦ ਡਰੋਨ ਨੂੰ ਬਿਸਮਿਲਾ ਪੜ੍ਹ ਕੇ ਚਲਾਇਆ ਉੜਾ ਤਾਂ ਲਿਆ ਬਾਈ ਜੀ ਵਾਪਸੀ ਨੀਲਾ ਹੋਇਆ ਲਾਉਂਦਿਆਂ ਲਾਉਂਦਿਆਂ ਆ ਡੈਣੀਆਂ ਦੇ ਵਿੱਚ ਵੱਜਿਆ ਤੇ ਬਾਈ ਜੀ ਸਿੱਧਾ ਦੜਾ ਮਾ ਕੇ ਵਿੱਚ ਹੁਣ ਉੱਥੇ ਸੁੱਕਣੇ ਪਾਇਆ ਹੋਇਆ ਬਾਈ ਜੀ ਦੁਆ ਕਰਿਓ ਚੱਲ ਪਵੇ ਤੇ ਨਹੀਂ ਤਾਂ ਫਿਰ ਬਾਈ ਜੀ ਗਾਂ ਵੀ ਮਹੀਨਾ ਡੇਢ ਹੁਣ ਇਹਦੇ ਨਾਲ ਦੀਆਂ ਮੋਬਾਈਲ ਵਾਲੀਆਂ ਵੀਡੀਓ ਹੀ ਚੱਲਣਗੀਆਂ ਮੈਂ ਸੋਚਿਆ ਸੀ ਵੀ ਡਰੋਨ ਦੇ ਨਾਲ ਵੀ ਆਈ ਪੀ ਸ਼ੋਟ ਲੈ ਕੇ ਵੀਡੀਓ ਬਣਾਇਆ ਕਰਾਂਗੇ ਜੇ ਨਾ ਚੱਲਿਆ ਤੇ ਫਿਰ ਮੋਬਾਈਲ ਵਾਲੀਆਂ ਜੇ ਚੱਲ ਪਿਆ ਤੇ ਫਿਰ ਡਰੋਨ ਵਾਲੀਆਂ ਹਾਂ ਬੰਦ ਕਰ ਦੋ ਲੈ ਬਾਈ ਦੀਲ ਤੇਰਾ ਫੜ ਕੇ ਤੇਰਾ ਪੂਲ ਦੇ ਵਿੱਚ ਇਹਨਾਂ ਨੂੰ ਹੈਪੀ ਟੂ ਯੂ ਕਰਾ ਦੇ ਬਾਈ ਹੁਣਾਂ ਨੂੰ ਆਪਣੇ ਖੁੱਲੇ ਪਾਉਂਦਾ ਨਾ ਲੱਗਦਾ ਸਕੀ ਬਣਾਉਂਦਾ ਕੱਪੜੇ ਖੁੱਲੇ ਆਣੀ ਕਹਿੰਦਾ ਮੈਂ ਨਹੀਂ ਖੁੱਲਦਾ ਕੋਈ ਗੱਲ ਨਹੀਂ ਮਾ ਲਾਉਂਦਾ ਟੀਮ ਆ ਜਿੰਦਾ ਕਰ ਬਾਕੀ ਹੈਪੀ ਹੈਪੀ ਟੂ ਯੂ ਬਾਈ ਜੀ ਹੈਪੀ ਟੂ ਯੂ ਬਾਈ ਹੁਣੀ ਕਹਿੰਦੇ ਆ ਜੀ ਵਲੌਗ ਦਾ ਐਂਡ ਕਰ ਦਿਓ ਓਕੇ ਹੋ ਗਿਆ ਰਾਜ ਦਿਲਾਂ ਤੇ ਕਰਨੇ ਲਈ ਅਸੀਂ ਜੰਮੇ ਆ ਉਂਝ ਦੁਨੀਆ ਜਿੱਤ ਕੇ ਤਾਂ ਹਰ ਗਿਆ ਸਿਕੰਦਰ ਨੀ ਚੰਗਾ ਬਾਈ ਰੱਬ ਰਾਖਾ